ਪਿਆਸੀ ਦਿਨ ਸਰਾਤ ਹੈ, ਦਰਸ਼ਨ ਪਿਆਸੀ ਦਿਨ ਸਰਾਤ ਹੈ, ਦਰਸ਼ਨ ਪਿਆਸੀ ਦਿਨ ਸਰਾਤ ਹੈ, ਦਰਸ਼ਨ ਪਿਆਸੀ ਦਿਨ ਸਰਾਤ ਹੈ, ਜਿਤਵੋ ਅੰਦਰ ਨੀਤ ਜੀ ਜੋ ਦਰਸ਼ਨ ਮੇਰੇ ਬਾਬਾ ਜੀ ਜੋ ਦਰਸ਼ਨ ਦਰਸ਼ਨ ਕੀਆ ਦਰਸ਼ਨ ਜੀ ਜੋ ਦਰਸ਼ਨ ਮੇਰੇ ਬਾਬਾ ਜੀ ਜੋ ਦਰਸ਼ਨ ਦਰਸ਼ਨ ਕੀਆ ਦਰਸ਼ਨ ਜੀ ਜੋ ਦਰਸ਼ਨ ਮੇਰੇ ਬਾਬਾ ਜੀ ਜੋ ਦਰਸ਼ਨ ਖੋਲ ਕਪਟ ਗੁਰ ਮੇਲਿਆ ਖੋਲ ਕਪਟ ਗੁਰ ਮੇਲਿਆ ਸੰਗ ਮੀਤ ਜੀ ਜੋ ਦਰਸ਼ਨ ਮੇਰੇ ਬਾਬਾ ਜੀ ਜੋ ਦਰਸ਼ਨ ਜੋ ਦਰਸ਼ਨ ਕੀਆ ਦਰਸ਼ਨ ਜੀ ਜੋ ਦਰਸ਼ਨ ਮੇਰੇ ਬਾਬਾ ਜੀ ਜੋ ਦਰਸ਼ਨ ਸ੍ਰੀ ਵਾਹਿਗੁਰੂ ਜੀ ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਇੱਕੋ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਏ ਅਜ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆਂ ਕਰਨਾ ਨਿਧਾਵੈ ਧਾਏ, ਸਭ ਥਾਈਂ ਹੋਏ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਸਭ ਥਾਈਂ ਹੋਏ ਸਹਾਏ, ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ। ਦਸਾਂ ਪਾਤਸ਼ਾਹਾਂ ਦੇ ਸਰੂਪ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਜਗਦੀ ਜੋਤ ਹਾਜ਼ਰ ਹਜ਼ੂਰ ਜਹਰ ਹਜ਼ੂਰ, ਕਲਯੁਗ ਕੇ ਬਹੁਤ ਨਾਮ ਕੇ ਜਹਾਜ਼, ਹਲਤ ਪਲਤ ਕੇ ਰੱਖਿਆ ਕਿ ਲੋਕ ਪਰਲੋਕ ਕੇ ਸਹਾਇਕ ਹਾਜ਼ਰ ਨਾਜ਼ਰ, ਦਸਾਂ ਪਾਤਸ਼ਾਹ ਸਰੂਪਤਨਾਂ ਦੇ ਪਾਠ ਦਰਸ਼ਨ ਦਰ ਦਾ ਧਿਆਨ ਧਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਦਸ ਪਾਤਸ਼ਾਹ, ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਸਮੂਹ ਸੰਤਾਂ, ਸਮੂਹ ਭਗਤਾਂ, ਸਮੂਹ ਸਚਿਆਰਿਆਂ ਪਿਆਰਿਆਂ, ਸੀ ਸਿੰਘਾਂ ਦੀ ਕਮਾਈ ਕਾ ਧਿਆਨ ਧਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਸਮੂਹ ਗੁਰ ਤਖਤਾਂ, ਸਮੂਹ ਗੁਰਦੁਆਰਿਆਂ, ਝੰਡਿਆਂ, ਬੁੰਗਿਆਂ, ਨਿਸ਼ਾਨਾਂ, ਗੁਰਧਾਮਾਂ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹ। ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂ ਸੱਚੇ ਪਾਤਸ਼ਾਹ ਜੀ, ਆਪ ਜੀ ਕਿ ਹਜ਼ੂਰ ਅਰਦਾਸ ਬੇਨਤੀ ਹੈ, ਦਾਸਾਂ ਦੇ ਸਿਰ ਹੱਥ ਰੱਖੋ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਓ, ਨਾਮ ਦਾਨ, ਗਰੀਬੀ ਦਾਨ, ਸਿੱਖੀ ਦਾਨ, ਸਿਦਕ ਦਾਨ, ਪੁਰਸਾ ਦਾਨ, ਸ਼ਾਂਤੀ ਬਖਸ਼ੋ, ਤੁਹਾਡੇ ਚਰਨਾਂ ਨਾਲ ਬਾਣਾ ਵੇ ਸਵਾਸਾਂ ਕਿਸਾਂ ਨਾਲ ਸਿੱਖੀ ਬਖਸ਼ੋ, ਪ੍ਰੇਮਾ ਭਗਤੀ ਬਖਸ਼ੋ, ਕਲਜ ਨੂੰ ਦੂਰ ਕਰੋ, ਦਾਸਾਂ ਦੇ ਹਿਰਦਿਆਂ 'ਤੇ ਵਸੋ, ਟੁੱਟੀ ਗੰਢੋ ਮਿਹਰਬਾਨ ਜੀ, ਜੋ ਭਾਵੇ ਸੋ ਕੰਮ ਕਰਾਈ ਮਿਹਰਬਾਨ, ਜੋ ਨਾ ਭਾਵੇ ਸੋ ਨਾ ਕਰਾਈ, ਜੋ ਭਾਵੇ ਸੋ ਮਤ ਬੁੱਧ ਸੰਗਤ ਦੇਈਂ, ਜੋ ਨਾ ਭਾਵੇ ਸੋ ਨਾ ਦੇਈਂ,
ਜਿੱਥੇ ਭਾਵੇ ਤਿੱਥੇ ਰੱਖ ਲੈ, ਜਿੱਥੇ ਨਾ ਭਾਵੇ ਤਿੱਥੇ ਨਾ ਰੱਖੀ, ਜਿੱਥੇ ਵੀ ਰੱਖੀ ਆਪਣੇ ਸੋਹਣੇ ਚਰਨਾਂ ਵਿੱਚ ਰੱਖੀ, ਅਖੰਡ ਭਜਨ ਬਖਸ਼ੀ, ਦਰਗਾਹ ਦੇ ਬਖਸ਼ਿਆਂ ਸਾਜਿਆਂ ਨਵਾਜਿਆਂ ਗੁਰਮੁਖਾਂ ਪਿਆਰਿਆਂ ਦੇ ਮੇਲੇ ਬਖਸ਼ੀ, ਜਿਨ੍ਹਾਂ ਦੇ ਮਿਲਣੇ ਕਰਕੇ ਸਿੱਖੀ ਸਿਦਗਤ ਦੀ ਪ੍ਰਾਪਤੀ ਹੋਏ, ਧੁਰ ਦਰਗਾਹ ਦੀ ਸਮੱਤ ਮਿਲੇ, ਦਰਗਾਹ ਦੇ ਡਿੱਗੇ ਤੱਕੇ ਸਾਧ ਪੁਰਸ਼ ਦੀ ਸੰਗਤ ਨਾ ਦੇਈ ਮਿਹਰਬਾਨ ਜੀ, ਜਿਨ੍ਹਾਂ ਦੇ ਮਿਲਣੇ ਕਰਕੇ ਤੂੰ ਵਿਸਰ ਜਾਏ, ਦਰਗਾਹ ਦੇ ਧੱਕੇ ਦਾ ਮੇਲਾ ਨਾ ਦੇਈ ਮਿਹਰਬਾਨ ਜੀ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੇ ਤੇ ਤੇਲੇ ਹੋ ਬਾਰ, ਸੜਦੇ ਬਲ ਦੇ ਸੰਸਾਰ ਤੁਹਾਡੇ ਕੇ ਰੱਖ ਲਓ, ਸਤੂ ਰਹਿਮ ਕਰੋ ਮੈਂ ਕੀਤਾ ਨਾ ਜਾਤਾ, ਹਰਾਮ ਖੋਰ ਹੋਂ ਕਿਉਂ ਮੂੰਹ ਦਿਸਤਾ ਦੁੱਠ ਚੋਰ, ਗੁਣਹਗਾਰ ਲੂਣ ਹਰਾਮੀ ਪਹਾ ਨਾਮ ਨਾ ਪਾਰ, ਗਰਾਮੀ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕੁਛ ਮਿਹਰੋ ਪਾਵੋ, ਡੁੱਬਦੇ ਪੱਥਰ ਤਾਰੇ ਕੂ ਭਰਿਓ, ਦਾਦਰਾ ਕਸ ਦਿਸ ਵਿਦੇਸ ਨਾ ਬੋਝ, ਐਸੇ ਮੇਰਾ ਮਨ ਵਿਖਿਆ ਮੋਹਿਆ ਕਸਾਰਾ ਪਾਰ ਨਾ ਸੂਝ, ਹੇ ਵਾਹਿਗੁਰੂ ਗੁਰੂ ਨਾਨਕ ਸਾਹਿਬ ਬਖਸ਼ ਲਓ, ਨਿਤ ਦਾ ਮੰਗਤਾ ਆਪਦੇ ਦਰ ਅੱਗੇ ਖੜਾ, ਮੰਗਤੇ ਦੀ ਝੋਲੀ ਨਾਮ ਦੀ ਖੈਰ ਪਾਓ, ਮੰਗਤਾ ਖਾਲੀ ਨਾ ਜਾਏ, ਸੋ ਅਲਾਮੇ ਦਿਨੇ ਕੇ ਰਾਤੀ ਮਿਲ ਸੰਸ, ਸਿਧ ਸਲਾਨ ਛੱਡ ਕੇ ਕਰੰਗੀ ਲੱਗਾ ਹੰਸ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਕੋਟ ਔਗਣ ਭਰੇ ਵੀ ਤੇਰੇ, ਕੋਟ ਔਗਣ ਭਰੇ ਵੀ ਤੇਰੇ, ਸੱਚੇ ਪਾਤਸ਼ਾਹ ਸਾਡੇ ਕਰਮਾਂ ਦਾ ਹਿਸਾਬ ਨਾ ਤੱਕੋ, ਸਾਡੇ 'ਤੇ ਮਿਹਰ ਭਰੀ ਦ੍ਰਿਸ਼ਟੀ ਤੱਕੋ, ਜਿਸ ਤਰ੍ਹਾਂ ਸੱਜਣ ਠੱਗ ਦਾ ਕੋਡੇ ਰਕਸ਼ ਦਾ ਭੂਮੇ ਡੱਕ ਦਪਾਲਪੁਰ ਦੇ ਕੋਹੜੀ ਦਾ ਕੋਈ ਗੁਣ ਔਗਣ ਨਹੀਂ ਚਿਤਾਰਿਆ, ਅਸੀਂ ਵੀ ਉਸੇ ਹੀ ਪਾਰਟੀ ਦੇ ਆਦਮੀ, ਉਸ ਤੋਂ ਵਧੀਕ ਪਾਪੀਆਂ ਸਤ ਤਰ੍ਹਾਂ ਕਰਕੇ ਬਖਸ਼ ਲਓ, ਸੁੱਤ ਅਪਰਾਧ ਕਰਤ ਹੈ ਜੇਤੇ ਜਨਨੀ ਚੇਤਨਾ ਰਾਖਸ ਤੇਤੇ, ਰਾਮਈਆ ਹੋਂ ਬਾਰਕ ਤੇਰਾ ਕਹਿ ਨਖੰਡ ਸਿਉ ਔਗਣ ਮੇਰਾ, ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉੱਪਰ ਬਹੁ ਮਾਣੀਆਂ, ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨਮਾਣੀ ਮਾਣੀਆਂ, ਜੇ ਤੂੰ ਤੁੱਠਾਂ ਕਿਰਪਾ ਨਿਧਾਨ ਨਾ ਦੂਜਾਵੇ ਖਾਲ, ਇਹਾਂ ਪਾਈ ਮੂੰਹ ਦਾਤੜੀ ਨੇ ਤੇ ਹਿਰਦੇ ਰੱਖਾਂ ਸੰਭਾਲ, ਨਾ ਵਿਸਰੀ ਨਾ ਵਸਾਰੀ ਨਾ ਭੁੱਲੀ ਨਾ ਭੁਲਾਈ, ਆਪਦਿਆਂ ਨੂੰ ਆਪਦੇ ਕਰੀ ਸਿਰ ਹੱਥ ਰੱਖੀ, ਸਮਤ ਬਖਸੀ ਸਿੱਧੇ ਰਸਤੇ ਪਾਈ, ਐਸ ਵੇਲੇ ਜੋ ਕੀਤਾ ਸੋ ਵਾਹ ਵਾਹ, ਜੋ ਕਰ ਕਰਾ ਰਹੇ ਸੋ ਪੀ ਵਾਹ ਵਾਹ, ਜੋ ਅੱਗੇ ਤੋਂ ਕਰੋਗੇ ਸੋ ਪੀ ਵਾਹ ਵਾਹ, ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਮਿਹਰਾਂ ਦਾ ਸਦਕਾ ਪਿਛਲੇ ਪਾਠਾਂ ਦੇ ਭੋਗ ਪਾਏ ਗਏ ਹਨ, ਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਖੰਡ ਪਾਠਾਂ ਦੇ ਭੋਗ ਪਾਏ ਹਨ, ਨਾਲ ਇੱਕ ਸ੍ਰੀ ਜਪਜੀ ਸਾਹਿਬ ਦੇ ਖੰਡ ਪਾਠ ਦਾ ਭੋਗ ਪਿਆ ਹੈ, ਆਪ ਜੀ ਦੀ ਕਿਰਪਾ ਦੇ ਨਾਲ ਨਿਰਵਿਘਨਤਾ ਸਹਿਤ ਸੰਪੂਰਨਤਾ ਹੋਈ ਹੈ, ਪਾਠੀ ਸਿੰਘਾਂ ਤੋਂ ਪਾਠ ਕਰਦਿਆਂ ਸੇਵਾਦਾਰਾਂ ਤੋਂ ਸੇਵਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਬਖਸ਼ ਲੈਣਾ, ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦਾ ਥਾਲਾ ਸੱਜ ਕੇ ਹਾਜ਼ਰ ਹੈ, ਆਪ ਜੀ ਨੂੰ ਭੋਗ ਲੱਗੇ ਸੀ ਪ੍ਰਸ਼ਾਦ ਪਿਆਰੀ ਸਾਧ ਸੰਗਤ ਵਿੱਚ ਵਰਤੇ, ਕਲਾ ਆਪ ਜੀ ਦੀ ਵਰਤੇ, ਇਸ ਵੇਲੇ ਜੋ ਵੀ ਅੱਜ ਦਰਬਾਰ ਤਿਲ ਫੁੱਲ ਸਮੁੱਚਾ ਪ੍ਰਸ਼ਾਦ ਲੈ ਸਭਨਾਂ ਦੀਆਂ ਹਾਜ਼ਰੀਆਂ ਲਾਉਣੀਆਂ, ਸਭਨਾਂ ਨੂੰ ਆਪਣੇ ਦਰੋਂ ਘਰੋਂ ਗੁਰੂ ਸਿੱਖੀ ਜੀਵਨ ਬਖਸ਼ਿਸ਼ ਕਰਨਾ, ਮਿਹਰਾਂ ਕਰਨੀਆਂ ਸੁੱਖ ਵਰਤਾਉਣੀ, ਇਸ ਵੇਲੇ ਜੋ ਵੀ ਆਪ ਜੀ ਦਰਬਾਰ 'ਚ ਪੁੱਜਾ ਹੈ ਤੁਹਾਡੀਆਂ ਮਿਹਰਾਂ ਦਾ ਸਦਕਾ ਸਵਰਾਜ ਹੀ ਜਾਵੇ, ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।